ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੁਆ। ਸੋ PBN ਦੇ ਇੰਟਰਟੇਨਮੈਂਟ ਦੇ ਕੈਨ ਸ਼ੋਅ ਵੀ ਦੇਸ਼ ਤੇ ਵਿਦੇਸ਼ ਦੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸੋ ਦੋਸਤੋ, ਫਿਰ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ। ਉਹ ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਹਾਈਲਾਈਟਸ। ਦੋਸਤੋ, ਇਸ ਵੇਲੇ ਹੈਗੇ ਸਮਾਰਟ ਸਿਟੀ ਲੁਧਿਆਣਾ ਦੇ ਹੋਟਲ ਫਰੈਂਡ ਏਜੰਸੀ ਦੇ ਵਿੱਚ, ਜਿੱਥੇ ਕਿ ਆਸਥਾ ਲੇਡੀਜ਼ ਕਲੱਬ ਵੱਲੋਂ ਬਹੁਤ ਹੀ ਧੂਮਧਾਮ ਦੇ ਨਾਲ ਲੋਹੜੀ ਸੈਲੀਬ੍ਰੇਟ ਕੀਤੀ ਜਾ ਰਹੀ ਹੈ। ਕਿੱਦਾਂ ਕੀਤੀ ਜਾ ਰਹੀ ਹੈ, ਆਓ ਵੇਖਦੇ ਹਾਂ ਇਸ ਰਿਪੋਰਟ ਦੇ ਵਿੱਚ। Thank you.
ਸੋ ਦੋਸਤੋ ਅਸੀਂ ਦੇਖਿਆ ਕਿ ਕਲੱਬ ਦੇ ਮੈਂਬਰਸ ਕਿੰਨੇ ਧੂਮਧਾਮ ਨਾਲ ਲੋਹੜੀ ਸੈਲੀਬ੍ਰੇਟ ਕਰ ਰਹੇ ਨੇ। ਸੋ ਦੋਸਤੋ ਹੁਣ ਵਿਹਲਾ ਹੋ ਚੱਲਿਆ ਪ੍ਰੋਗਰਾਮ ਨੂੰ ਅੱਗੇ ਵਧਾਉਣ ਦਾ। ਸੋ ਇਸ ਮੌਕੇ 'ਤੇ ਅਸੀਂ ਖਾਸ ਗੱਲਬਾਤ ਕੀਤੀ ਕਲੱਬ ਦੇ ਪ੍ਰੈਜ਼ੀਡੈਂਟ ਔਰ ਕਲੱਬ ਦੇ ਮੈਂਬਰਸ ਨਾਲ। ਆਓ ਵੇਖਦੇ ਉਹਨਾਂ ਦਾ ਕੀ ਕਹਿਣਾ ਲੋਹੜੀ ਸੈਲੀਬ੍ਰੇਟ ਨੂੰ ਲੈ ਕੇ। ਸਾਰੇ ਮੈਂਬਰ ਕਿੰਨੇ ਖੁਸ਼ ਸੀਗੇ, ਲੇਕਿਨ ਉਹਨਾਂ ਦੇ ਪਿੱਛੇ ਜਿਹੜੀ ਮੁਸਕਰਾਹਟ ਦਾ ਜਿਹੜਾ ਰਾਜ ਸੀਗਾ ਖੁਸ਼ੀ ਦਾ, ਉਹ ਸੀਗਾ ਕਲੱਬ ਦੇ ਜਿਹੜੇ ਹੈਗੇ ਨੇ ਪ੍ਰੈਜ਼ੀਡੈਂਟ ਮੋਨਾ ਸੂਦ ਜੀ। ਸੋ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖਿਆਗਾ ਸਾਰੇ ਮੈਂਬਰ ਜਿਹੜੇ ਅੱਜ ਲੋਹੜੀ ਸੈਲੀਬ੍ਰੇਟ ਕਰਕੇ ਬਹੁਤ ਜ਼ਿਆਦਾ ਖੁਸ਼ ਹੈਗੇ ਨੇ, ਔਰ ਉਹਨਾਂ ਦੇ ਮੁਸਕਰਾਹਟ ਜਿਹੜੀ ਚਿਹਰੇ 'ਤੇ ਦੇਖੀ ਜਾ ਰਹੀ ਹੈ, ਉਹ ਤੁਹਾਡੀ ਸਾਰੀ ਜਿਹੜੀ ਤੁਹਾਡਾ ਪਰਿਸ਼ਰਮ ਨੂੰ ਕਹਿ ਲਈਏ ਮਿਹਨਤ ਹੈਗੀ ਤੁਹਾਡੀ। ਸਾਡੀ ਸਾਰੀ ਟੀਮ ਦੀ ਪਰਿਸ਼ਰਮ ਹੈ ਜੀ, ਜੀ ਸਾਰੇ ਮਿਲ ਕੇ ਔਰਗਨਾਈਜ਼ ਕਰਦੇ ਨੇ, ਜਿਹਦੇ ਵਿੱਚ ਡੇਜ਼ੀ ਜੀ, ਰਾਜਵੀਰ ਜੀ, ਸੋਨੀਆ ਜੀ, ਸਭ ਦਾ ਮਿਲ ਕੇ ਐਫਰਟ ਹੁੰਦਾ, ਫਿਰ ਇੱਕ ਅੱਛਾ ਫੰਕਸ਼ਨ ਨਿਕਲ ਕੇ ਆਉਂਦਾ। ਕੀ ਐਕਟੀਵਿਟੀਜ਼ ਕਰੀ ਗਈ, ਆਪਣਾ ਈਵੈਂਟ ਕਿੱਦਾਂ ਸਟਾਰਟ ਕੀਤਾ ਗਿਆ ਅੱਜ ਤਾਂ? ਦੇਖੋ ਜੀ, ਅੱਜ ਅਸੀਂ ਨਵਾਂ ਸਾਲ ਮਨਾਇਆ, ਨਵਾਂ ਸਾਲ ਸਭ ਲਈ ਖੁਸ਼ੀਆਂ ਭਰਾ ਲੈ ਕੇ ਆਇਆ। ਉਹਦੇ ਬਾਅਦ ਅੱਜ ਗੁਰਪੁਰਬ ਸੀਗੀ, ਅਸੀਂ ਉਹਨਾਂ ਦਾ ਵੀ ਸੈਲੀਬ੍ਰੇਸ਼ਨ ਕੀਤਾ ਅੱਜ। ਉਸ ਤੋਂ ਬਾਅਦ ਲੋਹੜੀ ਆ ਰਹੀ ਹੈ ਜੀ, ਮੇਨ ਇਵੈਂਟ। ਅਸੀਂ ਹਰ ਮਹੀਨੇ ਜੋ ਵੀ ਇਵੈਂਟ ਹੁੰਦਾ ਅਸੀਂ ਉਹਨੂੰ ਸੈਲੀਬ੍ਰੇਟ ਕਰਦੇ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ ਅਸੀਂ ਪੰਜਾਬੀ ਕਲਚਰ ਨੂੰ ਥੋੜ੍ਹਾ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰੀਏ। ਉਸਨੂੰ ਸੋਚਦੇ ਹੋਏ ਅੱਜ ਅਸੀਂ ਲੋਹੜੀ ਔਰਗਨਾਈਜ਼ ਕੀਤੀ ਸੀਗੀ। ਮੇਨ ਜਿਹੜੀ ਲੋਹੜੀ ਹੈ, ਲੋਕਾਂ ਦੇ ਵਿੱਚ ਲੜਕੇ ਦੀ ਲੋਹੜੀ ਬਾਲੀ ਜਾਂਦੀ ਹੈ,
ਪਰ ਅਸੀਂ ਅੱਜ ਕੋਸ਼ਿਸ਼ ਕੀਤੀ ਹੈ ਕਿ ਲੜਕੀਆਂ ਵੀ ਓਨੀਆਂ ਹੀ ਪ੍ਰੀਸ਼ੀਅਸ ਹਨ, ਓਨੀਆਂ ਹੀ ਜ਼ਿੰਦਗੀ 'ਚ ਉਸ ਤੋਂ ਜ਼ਿਆਦਾ ਕੰਮ ਆਉਂਦੀਆਂ ਨੇ ਮੁੰਡੇ ਨਾਲੋਂ, ਅਤੇ ਅਸੀਂ ਉਹਨਾਂ ਦੀ ਲੋਹੜੀ ਪਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਲੜਕੀਆਂ ਦੀ ਲੋਹੜੀ ਪਾਓ ਜਿਨ੍ਹਾਂ ਨੇ ਤੁਹਾਡੇ ਲਈ ਜ਼ਿੰਦਗੀ 'ਚ ਸਭ ਕੁਝ ਕਰਨਾ ਹੈ। ਮੁੰਡੇ ਤਾਂ ਛੱਡ ਕੇ ਬਾਹਰ ਚਲ ਜਾਂਦੇ ਨੇ, ਮੁੰਡੇ ਤਾਂ ਪੁੱਛਦੇ ਵੀ ਨਹੀਂ। ਬਹੁਤ ਖੁਸ਼ੀ ਨਾਲ ਅਸੀਂ ਅੱਜ ਇੰਜੋਏ ਕੀਤਾ, ਬਹੁਤ ਖੱਪ ਪਾਈ ਹੈ ਸਭ ਨੇ ਰਲ ਕੇ। ਹਾਂਜੀ, ਥੈਂਕ ਯੂ। ਕੀ ਨਾਮ ਜੀ ਤੁਹਾਡਾ? ਜੀ ਡੇਜ਼ੀ ਓਬਰੋਏ। ਕਿੱਦਾਂ ਸੈਲੀਬ੍ਰੇਟ ਕੀਤਾ ਤੁਸੀਂ ਜੀ? ਅਸੀਂ ਅੱਜ ਮੇਨ ਸਾਡੀ ਅਸੀਂ ਪੰਜਾਬੀ ਫੰਕਸ਼ਨ ਲੋਹੜੀ ਮੇਨ ਅਸੀਂ ਸਾਰਾ ਇਸ ਲਈ ਔਰਗਨਾਈਜ਼ ਕੀਤਾ ਕਿ ਅਸੀਂ ਇਹਨੂੰ ਇੱਕ ਸਭ ਅੱਗੇ ਇੱਕ ਮੈਸੇਜ ਪਹੁੰਚਾ ਸਕੀਏ ਕਿ ਲੜਕੀਆਂ ਨੂੰ ਕਿਸ ਤਰ੍ਹਾਂ ਪਿਆਰ ਕੀਤਾ ਜਾਂਦਾ, ਲੜਕੀਆਂ ਕਿਸ ਤਰ੍ਹਾਂ ਸਾਰਿਆਂ ਲਈ ਉਨਾ ਹੀ ਪਸੰਦ ਬਣਦੀਆਂ ਜਿਸ ਤਰ੍ਹਾਂ ਲੜਕੇ ਨੇ। ਅਸੀਂ ਲੜਕੀਆਂ ਲਈ ਉਨਾ ਹੀ ਪਿਆਰ, ਉਨਾ ਹੀ ਇੱਜ਼ਤ, ਉਨਾ ਹੀ ਸਤਿਕਾਰ ਸਮਾਜ ਦੇ ਵਿੱਚ ਅੱਗੇ ਕਰ ਸਕੀਏ ਜਿੰਨਾ ਕਿ ਅਸੀਂ ਲੜਕਿਆਂ ਲਈ ਕਰਦੇ ਹਾਂ। ਐਕਟੀਵਿਟੀਜ਼ ਕੀ ਕੀ ਸੀਗੀਆਂ? ਮੈਂ ਦੇਖ ਰਿਹਾ ਢੋਲ ਵਾਲਾ ਸੀ, ਕਾਫੀ ਕੁਝ ਅੱਛਾ। ਹਾਂਜੀ, ਉਹ ਅਸੀਂ ਲੋਹੜੀ ਦੇ ਨਾਲ ਦੇਖੋ ਖੁਸ਼ੀ ਦਾ ਕੋਈ ਵੀ ਮੌਕਾ ਹੈ ਚਾਹੇ ਡੀਜੇ, ਇਹ ਸਾਰੀ ਚੀਜ਼ਾਂ ਤਾਂ ਬਾਅਦ 'ਚ ਆਉਂਦੀਆਂ। ਜੋ ਅਸਲੀ ਰੌਣਕ ਜਾਂ ਅਸਲੀ ਦਿਲ ਦੇ ਵਿੱਚੋਂ ਜੋ ਖੁਸ਼ੀਆਂ ਨਿਕਲਦੀਆਂ, ਜੋ ਰੌਣਕ ਢੋਲ ਦੇ ਨਾਲ ਨਿਕਲਦੀ ਹੈ, ਢੋਲ ਦੇ ਨਾਲ ਇੱਕ ਅੱਜ ਕੱਲ੍ਹ ਹੋਰ ਅੱਛਾ ਜਿਹਾ ਅਹਿਸਾਸ ਨਿਕਲਿਆ, ਉਹ ਦੋਨੋਂ ਚੀਜ਼ਾਂ ਅਸੀਂ ਬੁਲਾ ਕੇ ਕਿ ਉਸ ਤਰ੍ਹਾਂ ਕਿ ਤਾਂ ਕਿ ਅੰਦਰੋਂ ਹਰ ਲੇਡੀਜ਼ ਨੂੰ ਆਪਣੇ ਚਾਹ ਪੂਰੇ ਕਰਨ ਦਾ ਮੌਕਾ ਦਿੱਤਾ ਜਾਵੇ। ਦਿਵੇ ਠੁਕਰਾਲ। ਕਿੱਦਾਂ ਸੈਲੀਬ੍ਰੇਟ ਕੀਤਾ ਤੁਸੀਂ ਕਲੱਬ ਦੇ ਵਿੱਚ? ਕਲੱਬ ਦੇ ਵਿੱਚ ਅੱਜ ਦਾ ਫੰਕਸ਼ਨ ਬਹੁਤ ਹੀ ਮਜ਼ੇਦਾਰ ਰਿਹਾ। ਲੋਹੜੀ ਦਾ ਮੇਨ ਸੈਲੀਬ੍ਰੇਸ਼ਨ ਸੀ, ਲੋਹੜੀ ਦਾ ਮੈਸੇਜ ਇਹ ਦੇਣਾ ਚਾਹੁੰਦੇ ਸੀ ਕਿ ਕੁੜੀਆਂ ਦੀ ਇੰਪੋਰਟੈਂਸ ਲਾਈਫ ਜਿਹੜੀ ਸੋਸਾਇਟੀ 'ਚ ਹੈ ਉਹ ਮੁੰਡਿਆਂ ਤੋਂ ਵੱਧ ਗਏ ਹੈ, ਕਿਉਂਕਿ ਕੁੜੀਆਂ ਹੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਸਪੋਰਟ ਕਰਦੀਆਂ ਹਨ, ਅਤੇ ਉਹ ਮਾਂ ਪਿਓ ਦਾ ਇੰਨਾ ਜ਼ਿਆਦਾ ਸਾਥ ਦਿੰਦੀਆਂ ਨੇ ਕਿ ਉਹਨਾਂ ਕਰਕੇ ਹਰ ਕੋਈ ਮਾਪੇ ਗਰਵ ਕਰਦੇ ਨੇ ਕਿ ਕੁੜੀਆਂ ਅੱਜ ਕੱਲ੍ਹ ਦੀ ਲਾਈਫ ਦੇ ਵਿੱਚ, ਸਭ ਦੇ ਲਾਈਫ ਦੇ ਵਿੱਚ, ਸਭ ਦੀ ਫੈਮਿਲੀ ਦੇ ਵਿੱਚ ਹੋਣੀਆਂ ਜ਼ਰੂਰੀ ਨੇ। ਹਾਂਜੀ, ਤੁਸੀਂ ਮੇਰਾ ਨਾਮ ਰਾਜਵੀਰ ਕੌਰ ਸ਼ਹਿਲ ਹੈ ਅਤੇ ਮੈਂ ਪਿੰਡ ਦੀ ਜੰਮਪਲ ਹਾਂ, ਅਤੇ ਮੈਂ ਬਚਪਨ ਤੋਂ ਹੀ ਪੰਜਾਬੀ ਕਲਚਰ ਨਾਲ ਜੁੜੀ ਹੋਈ ਹਾਂ, ਅਤੇ ਮੈਂ ਦੇਖਿਆ ਆਪਣੇ ਘਰ ਤੋਂ ਹੀ ਦੇਖਿਆ ਕਿ ਧੀਆਂ ਪੁੱਤਾਂ ਨੂੰ ਬਰਾਬਰ ਪਿਆਰ ਦਿੱਤਾ ਜਾਂਦਾ ਸੀ। ਇਹ ਨਹੀਂ ਆਪਣੇ ਘਰ 'ਚ ਦੇਖਿਆ ਕਿ ਧੀਆਂ ਨੂੰ ਪਿਆਰ ਨਹੀਂ ਦਿੱਤਾ ਜਾਂਦਾ, ਕਿਉਂਕਿ ਮੈਂ ਹੀ ਆਪਣੀਆਂ ਤਿੰਨ ਭੈਣਾਂ ਸੀ, ਸਾਡਾ ਭਰਾ ਛੋਟਾ ਸੀ, ਪਰ ਸਾਡੇ ਮਾਂ ਬਾਪ ਨੇ ਕਦੀ ਨਹੀਂ ਪੁੱਤ 'ਚ ਧੀਆਂ 'ਚ ਫਰਕ ਨਹੀਂ ਰੱਖਿਆ ਸੀਗਾ, ਉਹਨਾਂ ਨੇ ਸਾਨੂੰ ਬੜੇ ਪਿਆਰ ਦੇ ਨਾਲ ਪਾਲਿਆ। ਅਤੇ ਅੱਜ ਇੱਥੇ ਅਸੀਂ ਆਸਥਾ ਕਲੱਬ ਵਿੱਚ ਜੋ ਫੰਕਸ਼ਨ ਕੀਤਾ ਹੈ, ਅਸੀਂ ਤਿੰਨ ਖੁਸ਼ੀਆਂ ਅਸੀਂ ਜ਼ਾਹਰ ਕੀਤੀਆਂ ਨੇ। ਨੰਬਰ ਇੱਕ ਹੈਪੀ ਨਿਊ ਈਅਰ, ਨੰਬਰ ਟੂ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਗੁਰਪੁਰਬ ਸੀਗਾ ਉਸ ਲਈ, ਨੰਬਰ 3 ਕਿ ਆਉਣ ਵਾਲੀ ਲੋਹੜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਾਰਿਆਂ ਨੂੰ ਦਿੱਤੀਆਂ। ਸੋ ਜਾਂਦੇ ਕੋਈ ਸਾਰੇ ਹੈਪੀ ਨਿਊ ਈਅਰ, ਜਿਹੜੀ ਹੈਪੀ ਨਿਊ ਈਅਰ ਤਾਂ ਦੱਸਤਾ, ਤੁਸੀਂ ਹੈਪੀ ਲੋਹੜੀ ਕਰ ਦਿਓ ਇੱਕ ਵਾਰੀ ਸਾਡੇ ਸਾਰਿਆਂ ਵੱਲੋਂ। ਹੈਪੀ ਲੋਹੜੀ ਟੂ ਆਲ ਆਫ ਵਰਲਡ, ਆਸਥਾ ਕਲੱਬ ਵਿਸ਼ਿਸ ਯੂ ਹੈਪੀ ਲੋਹੜੀ ਐਂਡ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਹੈਪੀ ਨਿਊ ਈਅਰ, ਹੈਪੀ ਨਿਊ ਈਅਰ, ਹੈਪੀ ਲੋਹੜੀ, ਹੈਪੀ ਗੁਰਪੁਰਬ, ਥੈਂਕ ਯੂ। ਹੈਪੀ ਲੋਹੜੀ ਆਲ ਆਫ ਯੂ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਮ ਕਿੱਦਾਂ ਲੋਹੜੀ ਸੈਲੀਬ੍ਰੇਟ ਕਰ ਰਹੇ ਹੋ ਤੁਸੀਂ? ਅੱਜ ਜਿੱਦਾਂ ਤੁਸੀਂ ਦੇਖਿਆ ਅਸੀਂ ਆਸਥਾ ਲੇਡੀਜ਼ ਕਲੱਬ ਵਿੱਚ ਸਾਰੀ ਲੇਡੀਜ਼ ਇਕੱਠੀਆਂ ਹੋਈਆਂ ਵਾਂ, ਅਤੇ ਲੋਹੜੀ ਜਿਹੜਾ ਤੁਹਾਨੂੰ ਪਤਾ ਇੱਕ ਸਾਲ ਦਾ ਸਭ ਤੋਂ ਪਹਿਲਾ ਤਿਉਹਾਰ ਹੁੰਦਾ, ਸਭ ਨਾਲੋਂ ਜ਼ਿਆਦਾ ਖੁਸ਼ੀ ਔਰ ਹਰਸ਼ੋਲਾਸ ਦਾ ਤਿਉਹਾਰ ਹੁੰਦਾ, ਅਤੇ ਅਸੀਂ ਜਿਹੜੀ ਇਹਨੂੰ ਖਾਸ ਥੀਮ ਜਿਹੜਾ ਧੀਆਂ ਦੀ ਲੋਹੜੀ ਦਿੱਤਾ। ਇਹ ਸਿਰਫ ਕਹਿਣ ਪਿੱਛੇ ਨਹੀਂ ਹੈ, ਕਿਉਂਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਹਰ ਪਾਸੇ ਇਹਨੂੰ ਕਹਿਣ ਪਿੱਛੇ ਜ਼ਰੂਰ ਕਹਿ ਲਈਦਾ, ਪਰ ਅਸੀਂ ਸੱਚੀ ਮੁੱਚੀ ਇਸ ਭਾਵਨਾ ਨਾਲ ਜੁੜਨਾ ਚਾਹੁੰਦੇ ਹਾਂ ਅਤੇ ਦੂਜਿਆਂ ਨੂੰ ਵੀ ਇੰਸਪਾਇਰ ਕਰਨਾ ਚਾਹੁੰਦੇ ਹਾਂ, ਤਾਂ ਕਰਕੇ ਅਸੀਂ ਇਸ ਪਿੱਛੇ ਇੱਕ ਸਕਿੱਟ ਵੀ ਪੇਸ਼ ਕੀਤੀ ਅਤੇ ਇਸੇ ਥੀਮ 'ਤੇ ਡਾਂਸ ਵੀ ਪੇਸ਼ ਕੀਤਾ, ਸਾਰਿਆਂ ਨੇ ਇੰਜੋਏ ਕੀਤਾ। ਦੇਸ਼ ਅਤੇ ਵਿਦੇਸ਼ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹਿਣਾ ਚਾਹਾਂਗੀ ਜੀ, ਜਿਹੜਾ ਹਿੰਦੁਸਤਾਨ ਹੈ ਇਹ ਬਹੁਤ ਹੀ ਕਲਚਰਲ ਵੇ ਨਾਲ ਇੱਕ ਰਿਚ ਕੰਟਰੀ ਹੈ, ਇਹਦੇ ਵਿੱਚ ਜਿਹੜਾ ਸਾਰਾ ਕਲਚਰ ਹੈ ਔਰ ਪੰਜਾਬ ਜਿਹੜਾ ਹੈ ਖਾਸ ਤੌਰ 'ਤੇ ਜਿੱਥੇ ਕਿ ਸਾਨੂੰ ਮਾਣ ਹੈ ਅਸੀਂ ਇੱਥੇ ਰਹਿੰਦੇ ਹਾਂ। ਲੋਹੜੀ ਇਸ ਦਾ ਸਭ ਤੋਂ ਸ਼ੁਭ ਤਿਉਹਾਰ ਹੈ ਅਤੇ ਤੁਹਾਨੂੰ ਸਭ ਨੂੰ ਹੈਪੀ ਲੋਹੜੀ, ਲੋਹੜੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ। ਸ਼ਬਦ ਗਾਇਆ ਜੋ ਕਿ ਸਾਰੇ ਕਲੱਬ ਮੈਂਬਰਾਂ ਨੇ ਆਪਣੇ ਬੜੇ ਸ਼ੌਂਕ ਨਾਲ, ਜੋਸ਼ ਜੋਸ਼ ਨਾਲ ਗਾਇਆ। ਫਿਰ ਉਸ ਤੋਂ ਬਾਅਦ ਅਸੀਂ ਗਿੱਧਾ ਕੀਤਾ, ਇੱਕ ਸਕਿੱਟ ਸੀ ਸਾਡੀ ਕਿ ਸਾਰੇ ਲੜਕਿਆਂ ਦੀ ਲੋਹੜੀ ਤਾਂ ਸਾਰੇ ਕਰਦੇ ਆ ਪਰ ਅਸੀਂ ਲੜਕੀਆਂ ਦੀ ਲੋਹੜੀ ਮਨਾਈ ਹੈ, ਇਸ ਕਰਕੇ ਅਸੀਂ ਆਸਥਾ ਕਲੱਬ ਨੂੰ ਬਹੁਤ ਅੱਛਾ ਮੰਨਦੇ ਹਾਂ। ਅਸੀਂ ਸਭ ਫਰੈਂਡਸ ਨੇ ਇਕੱਠੇ ਹੋ ਕੇ ਅੱਜ ਸੋਨੀਆ ਮੁਟਿਆਰਾ ਬਣ ਕੇ ਆਈਆਂ, ਸਾਨੂੰ ਬਹੁਤ ਮਜ਼ਾ ਆਇਆ। ਸਭ ਤੋਂ ਵੱਡੀ ਗੱਲ ਹੈ ਕਿ ਸਾਰੀ ਫਰੈਂਡਸ ਨੇ ਇਕੱਠੇ ਇੰਜੋਏ ਕੀਤਾ, ਆਪਾਂ ਨਵਾਂ ਸਾਲ ਵੀ ਆਪਸ 'ਚ ਵਿਸ਼ ਕੀਤਾ, ਹੋਰ ਲੋਹੜੀ ਵੀ ਮਨਾਈ। ਹੋਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਅੱਜ ਅਸੀਂ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਮੁੰਡੇ ਕੁੜੀਆਂ ਇੱਕ ਬਰਾਬਰ ਹੈ, ਸਾਰੇ ਮਿਲ ਜੁਲ ਕੇ ਕਰੋ, ਹੋਰ ਕੁੜੀਆਂ ਸਭ ਤੋਂ ਵੱਧ ਨੇ ਅਤੇ ਹਿੱਪ ਹਿੱਪ ਹੁਰੇ। ਮੇਰਾ ਨਾਮ ਰੇਖਾ ਮਲਹੋਤਰਾ ਹੈ, ਅਸੀਂ ਆਸਥਾ ਕਲੱਬ ਵਿੱਚ ਮੋਨਾ ਜੀ ਦੇ ਨਾਲ ਲੋਹੜੀ ਸੈਲੀਬ੍ਰੇਸ਼ਨ 'ਤੇ ਆਏ ਹਾਂ। ਇੱਥੇ ਜ਼ਿਆਦਾਤਰ ਮੁੰਡਿਆਂ ਦੀ ਲੋਹੜੀ ਮਨਾਈ ਜਾਂਦੀ ਹੈ, ਪਰ ਇੱਥੇ ਲੜਕੀਆਂ ਦੀ ਲੋਹੜੀ ਲਈ ਅਸੀਂ ਇਹ ਖਾਸ ਪ੍ਰਬੰਧ ਕੀਤਾ ਹੈ ਅਤੇ ਰੱਜ ਕੇ ਭੰਗੜਾ ਪਾਇਆ, ਗਿੱਧਾ ਪਾਇਆ, ਖੂਬ ਇੰਜੋਏ ਕੀਤਾ। ਵਾਹ ਜੀ ਵਾਹ। ਸੋ ਦੋਸਤੋ, ਸਾਡੇ ਨਾਲ ਕਲੱਬ ਦੇ ਕੁਝ ਮੈਂਬਰ ਹੋਰ ਵੀ ਨੇ, ਆਪਾਂ ਨਾਲ ਵੀ ਗੱਲ ਕਰਦੇ ਹਾਂ ਜੀ। ਅਸੀਂ ਗੁਰਪੁਰਬ ਮਨਾਇਆ, ਲੋਹੜੀ ਧੂਮਧਾਮ ਨਾਲ ਮਨਾਈ, ਕੁੜੀਆਂ ਦੀ ਖਾਸ ਕਰ ਅਸੀਂ ਲੋਹੜੀ ਮਨਾਈ ਹੈ, ਕੁੜੀਆਂ ਨੂੰ ਅਸੀਂ ਅੱਗੇ ਕੀਤਾ, ਹਮੇਸ਼ਾ ਮੁੰਡਿਆਂ ਦੀ ਲੋਹੜੀ ਮਨਾਈ ਜਾਂਦੀ ਇਸ ਲਈ ਇਸ ਵਾਰ ਅਸੀਂ ਕੁੜੀਆਂ ਨੂੰ ਅੱਗੇ ਕੀਤਾ। ਹੈਪੀ ਲੋਹੜੀ।
ਬਹੁਤ ਵਧੀਆ ਜੀ, ਬੜੇ ਭੰਗੜੇ ਪਾਏ, ਬਹੁਤ ਵਧੀਆ, ਬਹੁਤ ਇੰਜੋਏ ਕੀਤਾ ਅਸੀਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ, ਮੇਰਾ ਨਾਮ ਪ੍ਰੀਤੀ ਗੋਇਲ ਹੈ ਜੀ। ਇਸ ਲੋਹੜੀ ਦੇ ਤਿਉਹਾਰ ਦੇ ਉੱਤੇ ਪੁੱਤਾਂ ਦੀ ਲੋਹੜੀ ਹਰ ਕੋਈ ਪਾਉਂਦਾ, ਪਰ ਧੀਆਂ ਦੀ ਕੋਈ ਕੋਈ ਪਾਉਂਦਾ, ਪਰ ਅਸੀਂ ਪੰਜਾਂ ਜਣਿਆਂ ਨੇ ਰਲ ਕੇ ਇਸ ਗੱਲ ਦਾ ਸੰਦੇਸ਼ ਦਿੱਤਾ ਹੈ ਕਿ ਧੀ ਅਤੇ ਪੁੱਤ ਕਿਸੇ ਨੂੰ ਵਾਂਝਾ ਨਹੀਂ ਸਮਝਿਆ ਜਾ ਸਕਦਾ। ਧੀਆਂ ਪੁੱਤਾਂ ਵਾਂਗੂ ਹੁੰਦੀਆਂ ਨੇ, ਉਹਨਾਂ ਨੂੰ ਪੁੱਤਾਂ ਵਾਲਾ ਸਨਮਾਨ ਦਿਓ, ਇਹ ਨਹੀਂ ਕਿ ਉਹਨਾਂ ਦੀ ਬੇਰੁਹਾਈ ਕਰੋ, ਉਹਨਾਂ ਨੂੰ ਪੜ੍ਹਾਓ ਲਿਖਾਓ, ਉਹਨਾਂ ਨੂੰ ਅੱਗੇ ਵਧਾਓ। ਧੀਆਂ ਪੁੱਤਾਂ ਤੋਂ ਵੱਧ ਕੇ ਹੁੰਦੀਆਂ ਨੇ, ਜੋ ਕਿ ਮਾਂ ਪਿਓ ਨੂੰ ਅੱਗੇ ਜਾ ਕੇ ਉਹਨਾਂ ਦੀ ਲਾਠੀ ਬਣਦੀਆਂ ਨੇ, ਉਹਨਾਂ ਦਾ ਸਹਾਰਾ ਬਣਦੀਆਂ ਨੇ। ਇਸ ਲਈ ਅੱਜ ਅਸੀਂ ਲੋਹੜੀ ਮਨਾਈਏ, ਅਸੀਂ ਆਪਣੀ ਧੀਆਂ ਦੀ ਲੋਹੜੀ ਮਨਾਈਏ। ਸਤਿ ਸ਼੍ਰੀ ਅਕਾਲ ਜੀ, ਮੈਂ ਮੀਨੂ ਗਰਗ। ਸਭ ਤੋਂ ਪਹਿਲਾਂ ਮੇਰੇ ਵੱਲੋਂ ਸਭ ਨੂੰ ਲੱਖ ਲੱਖ ਮੁਬਾਰਕਾਂ ਅੱਜ ਗੁਰਪੁਰਬ ਦੀਆਂ। ਬਹੁਤ ਵਧੀਆ ਕੀਤਾ, ਖੂਬ ਇੰਜੋਏ ਕੀਤਾ, ਲੋਹੜੀ ਮਨਾਈ ਹੈ, ਗਿੱਧਾ ਪਾਇਆ, ਭੰਗੜਾ ਪਾਇਆ, ਸਭ ਨੇ ਬਹੁਤ ਇੰਜੋਏ ਕੀਤਾ ਹੈ। ਮੇਰਾ ਨਾਮ ਨੀਲਮ ਛਾਬੜਾ ਹੈ। ਸਤਿ ਸ਼੍ਰੀ ਅਕਾਲ ਜੀ, ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਗੁਰਪੁਰਬ ਦੀਆਂ ਜੀ। ਕਲੱਬ ਵਾਸਤੇ ਕੀ ਕਹਿਣਾ ਚਾਹੋਗੇ ਜੀ, ਲੋਹੜੀ ਕਿੱਦਾਂ ਸੈਲੀਬ੍ਰੇਟ ਕਰ ਰਹੇ ਹੋ ਤੁਸੀਂ? ਜੀ, ਲੋਹੜੀ ਸੈਲੀਬ੍ਰੇਟ ਮੇਰੀ ਧੀ ਜੰਮੀ ਹੈ, ਉਹਦੀ ਅਸੀਂ ਸੈਲੀਬ੍ਰੇਟ ਕੀਤੀ ਹੈ। ਹਾਂਜੀ ਜੀ, ਤੁਹਾਨੂੰ ਵੀ ਜੀ, ਸਾਰਿਆਂ ਨੂੰ। ਇਹ ਜਿਹੜੀ ਧੀ ਜੰਮੀ ਹੈ, ਆਪਾਂ ਸਿਰਫ ਸਕਿੱਟ ਵਾਸਤੇ ਜਮਾਈ ਹੈ। ਵੈਸੇ ਇਹਦੇ ਦੋ ਪੁੱਤਰ ਨੇ, ਪਰ ਅਸੀਂ ਇਹਨੂੰ ਇਹ ਸਾਬਿਤ ਕਰਨਾ ਚਾਹ ਰਹੇ ਸੀ ਕਿ ਤੇਰੀ ਵੀ ਧੀ ਹੋਏਗੀ, ਤੂੰ ਇੱਦਾਂ ਦੀ ਲੋਹੜੀ ਜ਼ਰੂਰ ਮਨਾਈ ਸਾਡੇ ਨਾਲ ਮਿਲ ਕੇ। ਇਹਨਾਂ ਨੇ ਪਹਿਲਾਂ ਸਾਰਿਆਂ ਨੇ ਗੁਰਪੁਰਬ 'ਤੇ ਸ਼ਬਦ ਬੋਲੇ ਨੇ, ਗਾਇਆ ਵੈ, ਨਾਲ ਥੋੜ੍ਹਾ ਤੰਬੋਲਾ ਵੀ ਖੇਡੀ ਗਈ, ਜੋ ਹਰ ਵਾਰੀ ਸਾਡੇ ਕਲੱਬ ਦੀ ਇੱਕ ਰੂਲ ਹੈ, ਰੈਗੂਲੇਸ਼ਨ ਹੈ, ਜੋ ਖੇਡਣੀ ਹੀ ਚਾਹੀਦੀ ਹੈ। ਅਤੇ ਅਸੀਂ ਇਸ ਕਲੱਬ ਦੇ ਨਾਲ ਆਪਾਂ 1 ਸਾਲ ਹੀ ਹੋਇਆ ਸਾਨੂੰ ਸਾਰਿਆਂ ਨੂੰ ਜੁਆਇਨ ਕੀਤਾ ਹੋਇਆ, ਅਤੇ ਅਸੀਂ ਸਪੈਸ਼ਲੀ ਥੈਂਕਸ ਸੋਨੀਆ ਦੀਦੀ ਦਾ ਅਤੇ ਮੋਨਾ ਦੀ ਦਾ ਕਰਨਾ ਚਾਹੁੰਦੇ ਹਾਂ ਕਿ ਜਿਹਨੇ ਸਾਨੂੰ ਸਾਰਿਆਂ ਨੂੰ ਇੰਨਾ ਮਿਲ ਕੇ ਰੱਖਿਆ ਵੈ, ਜੋੜ ਕੇ ਰੱਖਿਆ ਹੈ। ਅਲੱਗ ਅਲੱਗ ਤਰ੍ਹਾਂ ਦੇ ਆਪਾਂ ਤਿਉਹਾਰ ਮਨਾਉਂਦੇ ਹਾਂ, ਜਿਹੜਾ ਅਸੀਂ ਘਰੇ ਨਹੀਂ ਬਹਿ ਕੇ ਮਨਾ ਸਕਦੇ ਅਲੱਗ ਅਲੱਗ ਬੈਠ ਕੇ, ਉਹ ਅਸੀਂ ਸਾਰੇ ਹੁਣ ਅਸੀਂ ਮਨਾਉਂਦੇ ਹਾਂ। ਮੇਰਾ ਨਾਮ ਰਜਨੀ ਗੁਗਲਾਨੀ। ਤੁਸੀਂ ਵੀ ਇਹਨਾਂ ਸਾਰੇ ਮੈਂਬਰਸ ਨਾਲ ਪੂਰਾ ਫੁੱਲ ਔਨ? ਹਾਂਜੀ ਪੂਰਾ, ਹਾਂਜੀ ਇੰਜੋਏ ਕੀਤਾ ਪੂਰਾ। ਹੈਪੀ ਲੋਹੜੀ। ਸੁੰਦਰ ਮੁੰਦਰੀਏ ਹੋਏ, ਤੇਰਾ ਕੌਣ ਵਿਚਾਰਾ ਹੋਏ, ਦੁੱਲਾ ਭੱਟੀ ਵਾਲਾ ਹੋਏ, ਮੇਰੀ ਧੀ ਵਿਆਹੀ ਹੋਏ, ਛੇ ਸ਼ੱਕਰ ਪਾਏ ਹੋਏ, ਦਾ ਸਾਲੂ ਪਾਟਾ ਹੋਏ, ਸਾਲੂ ਔਨ ਸਮੇਟੇ ਹੋਏ, ਚਾਚਾ ਹੋਏ, ਹੈਪੀ ਲੋਹੜੀ। ਵਾਹ ਜੀ ਵਾਹ। ਸੋ ਦੋਸਤੋ, ਅਸੀਂ ਦੇਖਿਆ ਕਲੱਬ ਦੇ ਮੈਂਬਰਸ ਔਰ ਕਲੱਬ ਦੇ ਪ੍ਰੈਜੀਡੈਂਟ ਦਾ ਸਾਫ਼ ਤੌਰ 'ਤੇ ਕਹਿਣਾ ਹੈਗਾ ਕਿ ਪੁੱਤਾਂ ਦੀ ਲੋਹੜੀ ਤਾਂ ਹਰ ਕੋਈ ਮਨਾਉਂਦਾ, ਲੇਕਿਨ ਧੀਆਂ ਦੀ ਲੋਹੜੀ ਕੋਈ ਕੋਈ ਮਨਾਉਂਦਾ। ਸੋ ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਣਾ। ਕੈਮਰਾ ਪਰਸਨ ਬੀ ਮਨਜੀਤ ਦੇ ਨਾਲ ਹਰਦੀਪ ਦੁਆਨ ਦਿਓ ਇਜਾਜ਼ਤ। ਧੰਨਵਾਦ।